ਮਾਰਕੀਟ ਫੈਡਰੇਸ਼ਨ ਆਫ ਟੈਕਸਟਾਈਲ ਟ੍ਰੇਡ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਹਾਂ। ਮੇਰੇ ਨਾਲ ਜਿਹੜੇ ਨੇ ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਿੰਗ ਯੂਨਿਟ ਦੇ ਜਿਹੜੇ ਪ੍ਰੋਸੈਸਿੰਗ ਐਸੋਸੀਏਸ਼ਨ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬਾਨ, ਸਾਡੀਆਂ ਵੱਖ ਵੱਖ ਕੱਪੜਾ ਐਸੋਸੀਏਸ਼ਨਾਂ ਦੇ ਪ੍ਰੈਜ਼ੀਡੈਂਟ ਸਾਹਿਬਾਨ ਬੈਠੇ ਨੇ। ਸਾਡੀ ਜਿਹੜੀ ਮੁੱਖ ਮੰਗ ਹੈ, ਸਾਡੇ ਜਿਹੜਾ ਕੱਪੜਾ ਵਪਾਰ ਦੇ ਉੱਤੇ GST ਲਗਾਇਆ, ਅਸੀਂ ਉਸ ਕੱਪੜੇ ਵਪਾਰ ਦੇ ਉੱਤੇ GST ਦੇ ਬਿਲਕੁਲ ਵਿਰੋਧੀ ਹਾਂ। ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਕੱਪੜੇ ਦੇ ਵਪਾਰ ਦੇ ਉੱਤੋਂ GST ਹਟਾ ਕੇ ਸਿਰਫ ਬਸ ਸਿਰਫ ਯਾਰਨ ਦੇ ਉੱਤੇ ਜਿਹੜਾ GST ਲਗਾਇਆ ਜਾਏ, ਕਿਉਂਕਿ ਇਹ ਛੋਟੇ ਛੋਟੇ ਵਪਾਰੀ ਹੈ ਔਰ ਇਹ ਇੰਨੀ ਗੁੰਝਲਦਾਰ ਪਚੀਦਾ ਜਿਹੜੀ ਹੈ GST ਹੈ ਉਹਦਾ ਸਾਹਮਣਾ ਨਹੀਂ ਕਰ ਸਕਦੇ। ਅਗਰ ਇਹ ਸੈਂਟਰ ਸਰਕਾਰ ਨੇ ਇਹਨੂੰ ਨਾ ਚੁੱਕਿਆ, ਸਾਡੇ 80% ਜਿਹੜੇ ਦੁਕਾਨਦਾਰ ਨੇ 80% ਵਪਾਰ ਤਬਾਹ ਹੋ ਜਾਏਗਾ ਔਰ ਉਹ ਦੁਕਾਨਾਂ ਬੰਦ ਕਰਕੇ ਤਕਰੀਬਨ ਹਿੰਦੁਸਤਾਨ ਦੇ ਵਿੱਚ 20 ਕਰੋੜ ਦੇ ਕਰੀਬ ਲੋਕ ਜਿਹੜੇ ਨੇ ਕੱਪੜਾ ਇੰਡਸਟਰੀ ਨਾਲ ਜੁੜੇ ਨੇ, ਕੱਪੜਾ ਵਪਾਰ ਨਾਲ ਜੁੜੇ ਨੇ ਔਰ ਉਹਦੇ ਵਿੱਚੋਂ 15-16 ਕਰੋੜ ਜਿਹੜੇ ਨੇ ਬੇਰੁਜ਼ਗਾਰ ਹੋ ਜਾਣਗੇ ਔਰ ਸਥਿਤੀ ਜਿਹੜੀ ਹਿੰਦੁਸਤਾਨ ਦੀ ਅੱਗੇ ਜਿਹੜੀ ਆ ਠੀਕ ਨਹੀਂ ਹੈ, ਕੋਈ ਕਾਰੋਬਾਰ ਚੱਲ ਨਹੀਂ ਰਿਹਾ। ਡੀਮੋਨੀਟਾਈਜੇਸ਼ਨ ਤੋਂ ਬਾਅਦ ਜਿਹੜਾ ਹਿੰਦੁਸਤਾਨ ਦੇ ਵਿੱਚ ਵਪਾਰ ਜਿਹੜਾ GDP ਡਾਊਨ ਆਈ ਹੈ, ਵਪਾਰ ਗਿਰਾਵਟ 'ਚ ਆਇਆ, ਬਹੁਤ ਮੁਸ਼ਕਲ ਸਥਿਤੀ 'ਚੋਂ ਅਸੀਂ ਲੋਕ ਲੰਘ ਰਹੇ ਹਾਂ ਔਰ 1 ਮਹੀਨੇ ਤੋਂ ਹਿੰਦੁਸਤਾਨ ਦੇ ਵਿੱਚ ਅਸੀਂ ਕੱਪੜਾ ਵਪਾਰੀ ਐਜੀਟੇਸ਼ਨ ਕਰ ਰਹੇ ਹਾਂ, ਲੇਕਿਨ ਸਰਕਾਰ ਜਿਹੜੀ ਉਹ ਗੱਲ ਸੁਣਨ ਲਈ ਤਿਆਰ ਨਹੀਂ। ਅਸੀਂ ਡਿਮਾਂਡ ਕਰਦੇ ਹਾਂ ਕਿ ਸੈਂਟਰ ਸਰਕਾਰ ਜਿਹੜਾ ਆਪਣੀ ਜਿੱਦੀ ਰਵੱਈਆ ਛੱਡ ਕੇ ਲੋਕਾਂ ਦੀਆਂ ਜੈਨੂਅਨ ਜਿਹੜੀ ਸਾਡੀ ਕੱਪੜਾ ਵਪਾਰੀਆਂ ਦੀ ਪ੍ਰੋਬਲਮਸ ਹੈ ਉਹਦੇ ਵੱਲ ਧਿਆਨ ਦੇ ਔਰ ਕੱਪੜਾ ਵਪਾਰ ਦੇ ਉੱਤੋਂ GST ਹਟਾ ਕੇ ਸਿਰਫ ਬਸ ਸਿਰਫ ਯਾਰਨ ਦੇ ਉੱਤੇ ਜਿਹੜਾ ਟੈਕਸ ਲਗਾ ਲਏ। ਅਗਰ ਇਹ ਸਰਕਾਰ ਨਹੀਂ ਮੰਨੇਗੀ, ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਔਰ ਇਸ ਸੰਘਰਸ਼ ਦੀ ਕੜੀ ਦੇ ਵਿੱਚ ਕੱਲ੍ਹ 11 ਜੁਲਾਈ ਨੂੰ 11 ਵਜੇ ਹਾਲ ਗੇਟ ਵਿਖੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾਏਗਾ, ਜਿਹਦੇ ਵਿੱਚ ਹਜ਼ਾਰਾਂ ਵਪਾਰੀ ਜਿਹੜੇ ਨੇ ਉਹਦੇ ਵਿੱਚ ਪਹੁੰਚਣਗੇ ਔਰ ਅਸੀਂ ਇਹਦੇ ਨਾਲ ਸਟੇਟ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੀ ਸਾਡੀ ਹੱਕੀ ਮੰਗਾਂ ਨੇ, ਜਿਹੜੀ ਇਹ ਸਾਡੇ ਤੇ GST ਨਾਲ ਪ੍ਰੋਬਲਮਸ ਹੋਣੀ ਹੈ। ਅਸੀਂ ਮਨਪ੍ਰੀਤ ਬਾਦਲ ਜੀ ਨੂੰ ਵੀ ਮਿਲੇ ਸੀ, ਫਾਈਨਾਂਸ ਮਿਨਿਸਟਰ ਨੂੰ, ਉਹਨਾਂ ਵੀ ਇਹ ਮੰਨਿਆ ਸੀ ਕਿ ਕੱਪੜਾ ਵਪਾਰੀ ਜਿਹੜੇ ਨੇ ਇਸ GST ਭਰਨ ਦੇ ਕਾਬਲ ਨਹੀਂ ਹੈ। GST ਦਾ ਜਿਹੜਾ ਐਡਾ ਵੱਡਾ ਸਟਰਕਚਰ ਹੈ ਉਹ ਵਾਕਈ ਨਾ ਸਰਕਾਰ ਤਿਆਰ ਹੈ ਨਾ ਵਪਾਰੀ ਤਿਆਰ ਹੈ, 80% ਵਪਾਰੀ ਅਨਪੜ੍ਹ ਹੈ ਔਰ ਐਡਾ ਜਿਹੜਾ ਗੁੰਝਲਦਾਰ ਇਹਦਾ GST ਦਾ ਸਿਸਟਮ ਹੈ, ਵਪਾਰੀ ਦੇ ਵੱਸ ਦਾ ਰੋਗ ਨਹੀਂ। ਸੋ ਮੈਂ ਸਟੇਟ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਸਟਰੋਂਗਲੀ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਇਸ ਚੀਜ਼ ਦਾ ਵਿਰੋਧ ਕਰੇ ਕਿ ਕੱਪੜੇ ਤੋਂ GST ਹਟਣੀ ਚਾਹੀਦੀ ਹੈ।